जी जिया दोस्तों क्या हाल है उम्मीद कर दा कि बिल्कुल ठीक हो सो ए जड़ी साड़ी वलैतण तो देसण रले की गांशाला सुबह पाँच किलो तो पाँच किलो शाम को खीर देंदी है यह बैठा छोटा कट्टा इस मछद का मानशाला इस छे किलो सुबह तो पाँच किलो शामू है दुध क्योंकि राहत वर्डिया ने इस वास्ते देख सकते हो तो चेडा मानशाला बड़ी खूबसूरत बहस है यह कट्टा इस द ਬਾਕੀ ਤੁਹਾਨੂੰ ਅਸਾਂ ਵੀ ਖਾ ਦੀਵਾ ਇਹ ਵੱਡੀ ਭੈਂਸ ਇਹ ਸਾਡੀ ਮੱਝ ਜਿਹੜੀ ਹੈ ਦੋਸਤੋਂ ਇਹ 6 ਸੂਏ ਸੂਈ ਖਾਲੀ ਹੈ ਮਾਸ਼ੀ ਮਾਸ਼ੱਲਾ 9 ਕਿਲੋ ਸੂਬੋ 9 ਕਿਲੋ ਸੂਬੋ ਤੇ 7 ਕਿਲੋ ਸ਼ਾਮ ਨੂੰ ਇਹ ਤਾਂ ਦੁੱਧ ਹੈ ਮਾਸ਼ੱਲਾ ਸਾਡਾ ਵੱਡਾ ਜਾਨਵਰ ਜਿਹੜਾ ਰੇੜਾ ਛੇ ਕਹਿੰਦਾ ਇਨਾਂ ਵਾਸਤੇ ਅਸਾਂ ਪੱਠੀ ਛੱਠੇ ਲਿਆ ਆਨੇ ਆ ਇਸ ਜਾਨਵਰ ਆ ਆਪਣੇ ਤੇ ਵੇਖ ਸਕਦੇ ਹੋ ਬੜਾ ਖੂਬਸੂਰਤ ਜਾਨਵਰ ਹੈ ਨਸਲੀ ਜਾਨਵਰ ਤੇ ਪਿਆਰਾ ਜਾਨਵਰ ਹੈ ਦੋਸਤੋ ਇਸ ਦੀ ਵੀਡੀਓ ਅਗਰ ਇਸ ਹੱਕ ਦੀ ਵੀਡੀਓ ਵੇਖਣੀ ਉਹਨੇ ਵੱਡੇ ਜਾਨਵਰ ਦੀ ਤੇ ਉਹੀ ਵਿੱਚ ਮੌਜੂਦ ਹੈ ਤੁਸੀਂ ਵੇਖ ਸਕਦੇ ਹੋ ਬਾਕੀ ਖੜਕਾ ਕੇ ਵੇਖ ਲਇਓ ਬਿਲਕੁਲ ਸੋਹਣਾ ਤੇ ਸਾਫ ਸੁਥਰਾ ਸਾਡੇ ਜਾਨਵਾਰੇ ਸਾਡਾ ਦਾਣ ਸਾਡਾ ਵਾੜਾ ਗਾਈ ਵੀ ਮਾਸ਼ਾਅੱਲਾ ਇਸਤੇ ਆਂਦੀਆਂ तकरीबन 8-9 ਦਿਹਾੜੀ ਗਾਈਆਂ ਆਂਦੀਆਂ ਵੱਧ ਵੀ ਇਹ ਠੀਕ ਖਲਾਇ ਆਪਣੀ ਬਾਡੀ ਚ ਛੋਟੇ ਜਾਨਵਰ ਤੋਂ ਵੀ ਖਾਈਆਂ ਜਿਹੜਾ ਬੰਦ ਦੁੱਧ ਦਾ ਸਾਲੇ ਹੋਇਆ ਜਿਸ ਨੂੰ ਵਿਖਿਆ ਦੋਸਤੋ ਜੇ ਵੀਡੀਓ ਤੁਹਾਨੂੰ ਅੱਛੀ ਲੱਗੇ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਕਮੈਂਟਸ ਵੀ ਅੱਛੇ ਅੱਛੇ ਜ਼ਰੂਰ ਕਰਨੇ ਬਾਕੀ ਮੈਂ ਤੁਹਾਨੂੰ ਵਿਖਾਣਾ ਉਹ ਛੋਟਾ ਜਾਨਵਰ ਜਿਹੜਾ ਦੁੱਧ ਪੀ ਪੀ ਕੇ ਮੋਟਾ ਹੋ ਗਿਆ ਇਹ ਦੋਸਤੋ ਛੋਟਾ ਜਾਨਵਰ ਹੈ ਇਸ ਵਾਸਤੇ ਸੇ ਇੱਕ ਉਖਰਾਣੀ ਬਣਾਈ ਹੋਈ ਹੈ ਵੇਖ ਸਕਦੇ ਹੋ ਬੜੀ ਸੋਹਣੀ ਤੇ ਪਿਆਰੀ ਇਹ ਵੇਖ ਸਕਦੇ ਹੋ ਚਾਰਾ ਇਹਦੇ ਵਾਸਤੇ ਪਿਆ ਭੋਂ ਤੇ ਬਰਸਣ ਦਾ ਕੁੱਤਰਾ ਰਲੇ ਹੋਇਆ ਬਾਕੀ ਇਹ ਸਾਡੇ ਜਾਨਵਰ ਪਿਆਰੇ ਠੀਕ ਹੈ ਦੋਸਤੋ ਵੀਡੀਓ ਅੱਛੀ ਲੱਗੇ ਤੇ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟਸ ਇਹ ਵਾਤਵਾਤਾ ਸਤਵਾ ਨਾ ਦਿਨ ਜ਼ਰੂਰ ਕੀਤਾ ਕਰੋ ਅੱਲਾਹ ਹਾਫਿਜ਼